ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ 'ਚ ਬਿਰਾਜਮਾਨ ਸਿੱਖ ਪੰਥ ਦੇ ਧਾਰਮਿਕ ਆਗੂ ਸਾਹਿਬਾਨ ਗੁਰੂ ਰੂਪ ਸਾਧ ਸੰਗਤ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ, ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਗੁਰਭਜਨ ਸਿੰਘ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਮਾਤਾ ਜੀ, ਆਓ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਹੋ ਰਿਹਾ ਸੀ ਅਤੇ ਕੀਰਤਨ ਦੇ ਵਿੱਚ ਆਪ ਜੀ ਨੇ ਤਾਂ ਬਹੁਤ ਧਿਆਨ ਨਾਲ ਸਭ ਨੇ ਸੁਣਿਆ ਕਿ ਜੇ ਮਨ ਦੀ ਮੈਲ ਧੋਣੀ ਜੇ ਅਤੇ ਸਾਧ ਸੰਗਤ ਗੁਰੂ ਰੂਪ ਸਾਧ ਸੰਗਤ ਤਾਂ ਸਾਧੂ ਮਹਾਤਮਾ ਦੀ ਉਹਨਾਂ ਦੀ ਸੇਵਾ ਔਰ ਸਾਹਿਬ ਦੀ ਜੇ ਬਖਸ਼ਿਸ਼ਾਂ ਹੋਣ ਤਾਂ ਚੜ੍ਹਦੀ ਕਲਾ ਪ੍ਰਵਾਨ ਹੁੰਦੀ ਹੈ। ਸਾਡੇ ਬਹੁਤ ਸਤਿਕਾਰਯੋਗ ਸੀ ਜਿਨ੍ਹਾਂ ਦੀ ਬਹੁਤ ਆਪਾਂ ਸਾਰਿਆਂ 'ਤੇ ਬਚਪਨ ਤੋਂ ਲੈ ਕੇ ਹੁਣ ਥਾਈ, ਜਿਵੇਂ ਕਿ ਜਥੇਦਾਰ ਸਾਹਿਬ ਨੇ, ਬ੍ਰਹਮਪੁਰਾ ਸਾਹਿਬ ਨੇ ਗੱਲ ਕਹੀ ਕਿ ਬਾਬਾ ਸੋਹਣ ਸਿੰਘ ਜੀ ਹੋਣਾਂ ਤੋਂ ਲੈ ਕੇ ਹੁਣ ਥਾਈ ਤਿੰਨ ਪੁਸ਼ਤਾਂ ਮੈਂ ਵੀ ਆਪਣੇ ਬੜੇ ਅੱਛੇ ਭਾਗ ਸਮਝਦਾ ਕਿ ਮੈਨੂੰ ਵੀ ਇਹੀ ਮਾਣ, ਇਹੀ ਮੈਨੂੰ ਫਕਰ ਹੈ ਕਿ ਮੈਨੂੰ ਤਿੰਨ ਪੁਸ਼ਤਾਂ ਦੇ ਦਰਸ਼ਨ ਹੋ ਸਕੇ। ਸਾਡੀ ਇੱਕ ਬਹੁਤ ਵੱਡੀ ਖੁਸ਼ਨਸੀਬੀ ਹੈ, ਮੈਂ ਅੱਗੇ ਵੀ ਗੱਲ ਕੀਤੀ ਬਹੁਤ ਵਾਰੀ ਕਿ ਇਹੋ ਜਿਹੇ ਮਹਾਂਪੁਰਖ ਜੋ ਕੌਮ ਨੂੰ, ਦੇਸ਼ ਨੂੰ ਸਿੱਧ ਦੇਣ ਵਾਲੇ ਨੇ, ਜਿਨ੍ਹਾਂ ਦੇ ਵਿਦੇਸ਼ਾਂ ਵਿੱਚ ਜਾ ਕੇ ਸੰਗਤਾਂ ਲੱਖਾਂ ਵਿੱਚ ਇਕੱਠੀ ਹੋ ਕੇ ਇਹਨਾਂ ਦਾ ਗਿਆਨ ਵਿਚਾਰ ਸੁਣਦੇ ਨੇ, ਵੀ ਉਹ ਸਾਡੇ ਇੱਥੇ ਆਪ ਦੇ ਹਲਕਿਆਂ 'ਚ ਉਹਨਾਂ ਨੇ ਆਪਣੇ ਅੱਜ ਤੋਂ ਨਹੀਂ ਪਰ ਕਿ ਸਦੀਆਂ ਤੋਂ ਇੱਥੇ ਗੁਰੂ ਘਰ ਦੇ ਨਾਲ ਸੰਗਤਾਂ ਨੂੰ ਜੋੜ ਕੇ ਪ੍ਰਚਾਰ ਕੀਤਾ। ਗੁਰੂ ਸਾਹਿਬ ਦੀ ਸਾਖੀ ਹੈ ਜੀ ਕਿ ਜਦੋਂ ਬਚਪਨ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ ਬਾਜ਼ਾਰ ਭੇਜਿਆ ਅਤੇ ਕਿਹਾ ਵੀ ਇਹੋ ਜਿਹੀ ਕੋਈ ਚੀਜ਼ ਲੈ ਕੇ ਆਈ ਜਿਹਦੇ ਨਾਲ ਬਹੁਤ ਵੱਡਾ ਮੁਨਾਫਾ ਹੋਵੇ, ਬੜਾ ਲਾਭ ਹੋਵੇ, ਅਤੇ ਗੁਰੂ ਸਾਹਿਬ ਨੂੰ ਮਾਇਆ ਦੇ ਕੇ ਬਾਜ਼ਾਰ ਨੂੰ ਤੋਰਤਾ। ਅਤੇ ਗੁਰੂ ਸਾਹਿਬ ਜਦੋਂ ਜਾਂਦੇ ਨੇ ਤਾਂ ਰਸਤੇ 'ਚ ਉਹਨਾਂ ਨੂੰ, ਆਪ ਸਭ ਜਾਣਦੇ ਹੋ ਕਿ ਨਾਗੇ ਸਾਧ ਸੰਤ ਮਿਲੇ, ਅਤੇ ਉਹਨਾਂ ਨੇ ਵੇਖ ਕੇ ਗੁਰੂ ਸਾਹਿਬ ਨੇ ਕਿਹਾ ਜੀ ਮੇਰੇ ਕੋਲ ਆ ਪੈਸੇ ਆ, ਮੈਂ ਕੀ ਕਰ ਸਕਦਾ। ਤਾਂ ਉਹਨਾਂ ਨੇ ਕਿਹਾ ਅਸੀਂ ਤਾਂ ਪਰਮਾਤਮਾ ਦੀ ਬੰਦਗੀ ਵਿੱਚ ਹਾਂ, ਸਾਡੀ ਕੋਈ ਲੋੜ ਨਹੀਂ, ਸਾਡੀ ਕੋਈ ਜ਼ਰੂਰਤ ਨਹੀਂ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਵੀ ਹੈਗੀ। ਅਤੇ ਗੁਰੂ ਸਾਹਿਬ ਨੇ ਬੇਨਤੀਆਂ ਕੀਤੀਆਂ ਜੀ ਫਿਰ ਵੀ ਕੁਛ ਮੇਰੇ ਜੁੰਮੇ ਹੁਕਮ ਲਾਓ। ਤਾਂ ਉਹਨਾਂ ਨੇ ਕਿਹਾ ਕਿ ਚੰਗਾ ਫਿਰ ਲੰਗਰ ਛਕਾ ਦੀ ਬੇਟੇ। ਗੁਰੂ ਸਾਹਿਬ ਗਏ, ਜਾ ਕੇ ਸਮਾਨ ਖਰੀਦਿਆ ਅਤੇ ਆ ਕੇ ਸੇਵਾ ਵਿੱਚ ਉੱਥੇ ਲਗਨ 'ਚ ਜਦੋਂ ਘਰ ਗਏ ਤਾਂ ਉਹਨਾਂ ਦੇ ਪਿਤਾ ਜੀ ਨੇ ਪੁੱਛਿਆ ਵੀ ਮੈਂ ਤੈਨੂੰ ਕਿਹਾ ਸੀ ਵੀ ਜਿਹਦੇ ਵਿੱਚ ਬਹੁਤ ਵੱਡਾ ਮੁਨਾਫਾ ਹੋਵੇ ਉਹ ਕੰਮ ਕਰੀ ਅਤੇ ਕੁਛ ਤਾਂ ਲੈ ਕੇ ਨਹੀਂ ਆਇਆ। ਅਤੇ ਉਹਨਾਂ ਨੇ ਅੱਗਿਓਂ ਕਿਹਾ ਕਿ ਮੇਰਾ ਇੱਕ ਇੰਨਾ, ਮੈਂ ਅੱਜ ਸਾਧ ਸੰਗਤ ਨੂੰ, ਸਾਧੂ ਮਹਾਤਮਾ ਨੂੰ, ਜਿਨ੍ਹਾਂ ਦੀ ਕੋਈ ਲੋੜ ਨਹੀਂ, ਮੇਰੇ 'ਤੇ ਇਹ ਮਾਣ ਬਖਸ਼ਿਸ਼ ਹੋਇਆ ਕਿ ਮੈਂ ਉਹਨਾਂ ਦੀ ਸੇਵਾ ਕਰ ਸਕਿਆ, ਇਸ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਹੋਰ ਮੁਨਾਫਾ ਨਹੀਂ ਹੋ ਸਕਦਾ। ਸਾਡੇ ਬੜੇ ਅੱਛੇ ਨਸੀਬ ਨੇ ਕਿ ਅੱਜ ਇੰਨੇ ਮਹਾਂਪੁਰਖ, ਇੰਨੇ ਗਿਆਨੀ ਸਿੰਘ ਸਾਹਿਬਾਨ ਅੱਜ ਵੀ
ਬਾਬਾ ਦਇਆ ਸਿੰਘ ਜੀ ਦੇ ਕਾਰਨਾ ਕਾਰਨ, ਮਤਲਬ ਭਾਵੇਂ ਸਾਡੇ ਸਰੀਰਕ ਤੌਰ 'ਤੇ ਨਹੀਂ ਰਹੇ ਪਰ ਉਹਨਾਂ ਦਾ ਗਿਆਨ ਸਾਡੇ ਵਿੱਚ, ਉਹਨਾਂ ਦੀ ਮਹਿਕ ਸਾਡੇ ਵਿੱਚ, ਜੋ ਅਸੀਂ ਇੱਥੇ ਹੋ ਕੇ ਇੱਕ ਦਰਸ਼ਨ ਕੀਤੇ, ਵਿਚਾਰ ਸੁਣੇ, ਅਤੇ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ? ਕੀ ਇਹ ਸਬੂਤ ਨਹੀਂ ਕਿ ਸਾਡੇ ਵਿੱਚ ਅੱਜ ਵੀ ਉਹ ਵੱਸਦੇ ਨੇ? ਸੋ ਮੈਂ ਬਹੁਤ ਜ਼ਿਆਦਾ ਸੰਗਤਾਂ ਦਾ ਇੱਥੇ ਆਉਣ ਦਾ ਔਰ ਸਾਡੇ ਵਿੱਚ ਇਹ ਮਹਾਂਪੁਰਖਾਂ ਦਾ, ਸਿੰਘ ਸਾਹਿਬਾਨ ਦਾ, ਗਿਆਨੀ ਬ੍ਰਹਮ ਗਿਆਨੀ ਉਹਨਾਂ ਦਾ ਜੋ ਆਪਾਂ ਨੂੰ ਵਿਚਾਰ ਸਾਂਝੇ ਕਰ ਗਏ, ਇਹ ਸਭ ਬਾਬਾ ਦਇਆ ਸਿੰਘ ਜੀ ਦੀ ਸਾਡੇ ਉੱਤੇ ਦਇਆ ਹੈਗੀ, ਉਹਨਾਂ ਦੀ ਮਹਾਨ ਦਇਆ। ਤੁਸੀਂ ਇਤਿਹਾਸ ਪੜ੍ਹਦੇ ਹੋ, ਹਰਗੋਬਿੰਦਪੁਰ, ਸ੍ਰੀ ਹਰਗੋਬਿੰਦਪੁਰ ਸ੍ਰੀ ਜੰਗ ਹੋਈ ਤਾਂ ਉੱਥੇ ਬਾਬਾ ਬਿਧੀ ਚੰਦ ਸੀ ਜਿਨ੍ਹਾਂ ਨੇ ਘੋੜੇ ਤੋਂ ਉਤਰ ਕੇ, ਤੁਹਾਨੂੰ ਪਤਾ ਕਿਵੇਂ ਜੰਗ ਜਿੱਤੀ ਸੀ, ਉਸ ਵੇਲੇ ਤੋਂ ਲੈ ਕੇ ਅੱਜ ਥਾਈਂ ਇਸ ਸੰਸਥਾ ਨੇ ਸੰਗਤਾਂ ਦੇ ਵਾਸਤੇ, ਕੌਮ ਵਾਸਤੇ, ਦੇਸ਼ ਵਾਸਤੇ ਜੋ ਕੁਰਬਾਨੀਆਂ, ਜੋ ਸੇਵਾਵਾਂ ਕੀਤੀਆਂ। ਮੈਂ ਅਖੀਰ ਵਿੱਚ ਬਹੁਤ ਬਹੁਤ ਬਾਬਾ, ਸਾਡੇ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਉਹਨਾਂ ਦਾ, ਸਾਡੇ ਬਹੁਤ ਸਤਿਕਾਰਯੋਗ ਬਾਬਾ ਗੁਰਬਚਨ ਸਿੰਘ ਜੀ, ਮੇਰੇ ਵੀਰ ਸਾਰ ਅੰਗਰੇਜ਼ ਸਿੰਘ, ਸਾਰ ਗੁਰਖਬਾਲ ਸਿੰਘ, ਔਰ ਸਾਡੇ ਬਹੁਤ ਮਾਣ ਸਤਿਕਾਰਯੋਗ ਮਾਤਾ ਜੀ, ਸਭ ਦਾ ਇਹ ਭਾਗ ਜੋ ਸਾਡੇ ਉੱਤੇ ਅੱਜ ਵੀ ਬਾਬਾ ਦਇਆ ਸਿੰਘ ਜੀ ਔਰ ਇਹਨਾਂ ਨੇ ਦੇਈ ਜਾਂਦੇ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਔਰ ਬੜਾ, ਔਰ ਖਾਸ ਤੌਰ 'ਤੇ ਸਾਡੇ ਪੱਟੀ ਵਾਲੇ, ਸਾਡੇ ਬਾਬਾ ਸਰੂਪ ਸਿੰਘ ਜੀ ਜਿਨ੍ਹਾਂ ਨੇ ਇੰਨੀ ਸੇਵਾ ਕਰਦੇ ਨੇ, ਮੈਂ ਸਮਝਦਾ ਸਾਡਾ ਹੱਕ ਹੈ ਇਹਨਾਂ 'ਤੇ ਥੋੜ੍ਹਾ ਜਿਹਾ ਇਹਨਾਂ ਦਾ ਵੀ ਧੰਨਵਾਦ ਕਰਨ ਦਾ, ਵੀ ਜੋ ਇਹ ਸੰਗਤਾਂ ਨੂੰ ਦਰਸ਼ਨ ਕਰਨ ਦਾ ਅੱਜ ਇਹਨਾਂ ਨੇ ਮੌਕਾ ਦਿੱਤਾ। ਇਹਨਾਂ ਮੈਂ ਕਹਿੰਦਾ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।